ਬਹੁਤ ਵਾਰ ਨਿਕਲ ਆਇਆ ਭਾਈ ਗਲਤੀ ਦੇ ਰਹੀ ਹੈ ਬਸ ਵਾਲਾ ਬਹੁਤ ਭਜਾ ਰਿਹਾ ਹੈ ਤੂੰ ਨਿਕਲ ਆ ਬਹੁਤ ਪੁਲਿਸ ਬਣਾਏਗਾ ਤੁਸੀਂ ਹਟਾਓ ਪਿਸਟਲ ਨਿਕਾਲ ਦੇ ਸਰ ਗਲਤ ਬਾਤ ਨਹੀਂ ਆ ਵੀ ਪਿਸਟਲ ਨਿਕਾਲ ਦੇ ਸਰ ਗਲਤ ਬਾਤ ਨਹੀਂ ਆ ਵੀ ਤਾਂ ਦੱਸ ਦਈਏ ਹਿਮਾਚਲ ਦੇ ਵਿੱਚ ਫਿਰ ਪੰਜਾਬੀਆਂ ਦੇ ਨਾਲ ਲੜਾਈ ਹੋਈ ਹੈ ਤਾਂ ਲੋਕਲ ਬੱਸ ਚਾਲਕ ਦੇ ਵੱਲੋਂ ਪੰਜਾਬੀ ਨੌਜਵਾਨਾਂ ਦੇ ਨਾਲ ਬਹਿਸ ਕੀਤੀ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਵੇਖ ਸਕਦੇ ਹੋ ਕਿਵੇਂ ਵਿੱਚ ਸੜਕ ਦੇ ਇਹਨਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਪੰਜਾਬੀ ਨੌਜਵਾਨ ਦੇ ਵੱਲੋਂ ਫਿਰ ਰਿਵਾਲਵਰ ਕੱਢ ਲਈ ਜਾਂਦੀ ਹੈ ਤਾਂ ਪੁਲਿਸ ਕਰਮੀ ਵੀ ਉੱਥੇ ਹੀ ਮੌਜੂਦ ਸੀ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਦੱਸ ਦਈਏ ਕਿ ਇਹ ਕੁੱਲੂ ਦੇ ਨਜ਼ਦੀਕ ਝੜਪ ਹੋਈ ਹੈ ਜਿੱਥੇ ਪੰਜਾਬੀ ਨੌਜਵਾਨ ਅਤੇ ਲੋਕਲ ਬੱਸ ਚਾਲਕ ਦੀ ਇਹ ਬਹਿਸ ਹੋਈ ਜਿਸ ਤੋਂ ਬਾਅਦ ਪੰਜਾਬੀ ਨੌਜਵਾਨ ਦੇ ਵੱਲੋਂ ਰਿਵੋਲਵਰ ਕੱਢ ਲਈ ਗਈ ਤਾਂ ਇਸ ਸੰਬੰਧੀ ਇਹ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਝੜਪ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਕੁੱਲੂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਲੋਕਲ ਬੱਸ ਚਾਲਕ ਸੀ ਜਿਸ ਦੇ ਵੱਲੋਂ ਪੰਜਾਬੀ ਨੌਜਵਾਨ ਦੇ ਨਾਲ ਇਹ ਬਹਿਸ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਵੱਡਾ ਜਾਮ ਲੱਗਿਆ ਹੋਇਆ ਜਿਸ ਦੇ ਵਿੱਚ ਇਹਨਾਂ ਦੀ ਲੜਾਈ ਹੋ ਰਹੀ ਹੈ ਤਾਂ ਕੁੱਲੂ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਪਿਸਟਲ ਨਿਕਾਲ ਦੇ ਸਰ ਗਲਤ ਬਾਤ ਨਹੀਂ ਆ ਵੀ ਤਾਂ ਦੱਸ ਦਈਏ ਹਿਮਾਚਲ ਦੇ ਵਿੱਚ ਫਿਰ ਪੰਜਾਬੀਆਂ ਦੇ ਨਾਲ ਲੜਾਈ ਹੋਈ ਹੈ ਤਾਂ ਲੋਕਲ ਬੱਸ ਚਾਲਕ ਦੇ ਵੱਲੋਂ ਪੰਜਾਬੀ ਨੌਜਵਾਨਾਂ ਦੇ ਨਾਲ ਬਹਿਸ ਕੀਤੀ ਗਈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਵੇਖ ਸਕਦੇ ਹੋ ਕਿਵੇਂ ਵਿੱਚ ਸੜਕ ਦੇ ਇਹਨਾਂ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਪੰਜਾਬੀ ਨੌਜਵਾਨ ਦੇ ਵੱਲੋਂ ਫਿਰ ਰਿਵਾਲਵਰ ਕੱਢ ਲਈ ਜਾਂਦੀ ਹੈ ਤਾਂ ਪੁਲਿਸ ਕਰਮੀ ਵੀ ਉੱਥੇ ਹੀ ਮੌਜੂਦ ਸੀ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਦੱਸ ਦਈਏ ਕਿ ਇਹ ਕੁੱਲੂ ਦੇ ਨਜ਼ਦੀਕ ਝੜਪ ਹੋਈ ਹੈ ਜਿੱਥੇ ਪੰਜਾਬੀ ਨੌਜਵਾਨ ਅਤੇ ਲੋਕਲ ਬੱਸ ਚਾਲਕ ਦੀ ਇਹ ਬਹਿਸ ਹੋਈ ਜਿਸ ਤੋਂ ਬਾਅਦ ਪੰਜਾਬੀ ਨੌਜਵਾਨ ਦੇ ਵੱਲੋਂ ਰਿਵੋਲਵਰ ਕੱਢ ਲਈ ਗਈ ਤਾਂ ਇਸ ਸੰਬੰਧੀ ਇਹ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤਾਂ ਲਗਾਤਾਰ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਝੜਪ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਕੁੱਲੂ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਲੋਕਲ ਬੱਸ ਚਾਲਕ ਸੀ ਜਿਸ ਦੇ ਵੱਲੋਂ ਪੰਜਾਬੀ ਨੌਜਵਾਨ ਦੇ ਨਾਲ ਇਹ ਬਹਿਸ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਵੱਡਾ ਜਾਮ ਲੱਗਿਆ ਹੋਇਆ ਜਿਸ ਦੇ ਵਿੱਚ ਇਹਨਾਂ ਦੀ ਲੜਾਈ ਹੋ ਰਹੀ ਹੈ ਤਾਂ ਕੁੱਲੂ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ।